ਪੱਕੀਆਂ ਹੋਣ ਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਤੁਹਾਨੂੰ ਸੰਘਰਸ਼ ਕਰਨੇ ਪੈ ਰਹੇ ਆ ਅੱਜ ਇੱਕ ਮਾਰਚ ਵੀ ਕੱਢਿਆ ਫਰੀਦਕੋਟ ਪਹੁੰਚੇ ਤੁਸੀਂ ਇੱਥੇ ਅੱਜ ਜਲ ਜੀਵਨ ਬਚਾਓ ਮੋਰਚਾ ਵੱਲੋਂ ਅੱਜ ਸ਼ਹਿਰ ਫਰੀਦਕੋਟ ਦੇ ਅੰਦਰ ਮਾਰਚ ਰੱਖਿਆ ਗਿਆ ਰੋਕਣ ਦਾ ਤਾਂ ਛੱਡੋ ਅਸੀਂ ਇੱਕ ਤੁਹਾਨੂੰ ਕਹਿਤਾ ਵੀ ਜਿਹੜੀ ਝਾਲ ਮਚਾਕੀ ਮਨ ਸਿੰਘ ਵਾਲਾ ਉਦੋਂ ਬਾਅਦ ਇਹ ਭੁੱਲ ਜੇ ਸਰਕਾਰ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਨਾ ਕਿਤੇ ਪੱਕੀਆਂ ਕਰ ਜਾਣਗੇ ਜਿਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਇਹ ਐਂ ਸਾਡੀ ਗੱਲ ਨੂੰ ਬਿਨਾਂ ਸੁਣੇ ਤੋਂ ਧੱਕੇ ਨਾਲ ਇਹ ਪੱਕੀਆਂ ਕਰ ਜਾਣਗੇ ਲਿਫਾਫਾ ਪਾ ਕੇ ਇਹ ਵਧੀ ਕੇ ਪੱਤਣ ਤੱਕ ਲੈ ਜਾਣਗੇ ਤਾਂ ਪੱਤਾ ਹੀ ਪਾੜ ਦੇਣਾ ਨਾ ਇੱਕ ਡਲੀ ਕਿਸੇ ਕੰਕਰੀਟ ਦੀ ਕਿਸੇ ਬਜਰੀ ਦੀ ਅਤੇ ਨਾ ਲਿਫਾਫਾ ਪੈਣ ਦੇਣਾ ਕਿਉਂਕਿ ਉਹ ਜਿਹੜੇ ਪਿੰਡ ਨੇ ਪਿਛਲੇ ਪਿੰਡਾਂ ਦੀ ਸਮੱਸਿਆ ਇਹ ਹੈ ਝਮੇਲ ਵਾਲੀ ਤੋਂ ਲੈ ਕੇ ਮਚਾਕੀ ਮਨ ਸਿੰਘ ਤੱਕ ਕਿ ਉਹ ਕਹਿੰਦੇ ਸਾਡੇ ਸੇਮ ਆ ਜੋ ਅਸੀਂ ਗਏ ਵੀ ਹਾਂ ਪਿੰਡਾਂ 'ਚ ਪਰ ਲੋਕ ਲਿਫਾਫਾ ਪਾਉਣ ਆਪ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਵੀ ਆਪਸ ਵਿੱਚ ਲੋਕਾਂ ਨਾਲ ਟਕਰਾਅ ਹੋਵੇ ਇਸ ਕਰਕੇ ਉਹਨਾਂ ਨੇ ਇਹਨਾਂ ਨੇ ਟੈਂਡਰ ਕੀਤਾ ਸੀਗਾ ਐਤਕੀ ਜਿਹੜਾ ਇਹ ਇਹਨਾਂ ਨੇ ਟੈਂਡਰ ਐਤਕੀ 50 ਕਿਲੋਮੀਟਰ ਦਾ ਟੈਂਡਰ ਸੀ ਜਿਹੜੇ ਕੁੱਲ ਜੇ ਆਪਾਂ ਦੇਖੀਏ ਝਵੇਲ ਵਾਲੀ ਤੋਂ ਮਚਾਕੀ ਮਲ ਸਿੰਘ 20 ਕਿਲੋਮੀਟਰ ਦਾ ਏਰੀਆ ਬਣਦਾ 30 ਕਿਲੋਮੀਟਰ ਦਾ ਉਦੋਂ ਅੱਗੇ ਸੀ ਕੁੱਲ ਜੇ ਆਪਾਂ ਮਚਾਕੀ ਮਲ ਸਿੰਘ ਤੋਂ ਹਰੀ ਕੇ ਪੁੱਤਰ ਦੇਖੇ 65 ਕਿਲੋਮੀਟਰ ਦਾ ਏਰੀਆ ਬਣਦਾ ਉਦੋਂ ਅੱਗੇ ਭੁੱਲ ਜਾਣੋ 65 ਕਿਲੋਮੀਟਰ ਦਾ ਏਰੀਆ ਇੱਥੇ ਠੇਕੇਦਾਰਾਂ ਨੂੰ ਵੀ ਚੇਤਾਵਨੀ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਤੁਹਾਡੀਆਂ ਮਸ਼ੀਨਾਂ ਇੱਥੇ ਖੜੀਆਂ ਗਲ ਜਾਣਗੀਆਂ ਇਸ ਕਰਕੇ ਇੱਥੋਂ ਅੱਜ 5 ਨੂੰ ਵੀ ਅਸੀਂ ਮੁਦਕੀ ਕੱਟ ਰੱਖਿਆ ਸੀਗਾ ਘਰ ਫਿਰ ਅੱਜ ਫਰੀਦਕੋਟ ਦੇ ਵਿੱਚ ਮਾਰਚ ਹੈ ਅੱਜ ਵੀ ਅਸੀਂ ਇੱਥੇ ਪਹੁੰਚੇ ਹਾਂ ਅਤੇ ਚੇਤਾਵਨੀਆਂ ਸਰਕਾਰ ਨੂੰ ਕਿ ਇਹ ਪਾਣੀ ਇਕੱਲਾ ਅਸੀਂ ਨਹਿਰਾਂ ਨਹੀਂ ਪੱਕੀਆਂ ਹੋਣ ਤੋਂ ਰੋਕਣੀਆਂ ਕੰਕਰੀਟ ਪਾਉਣ ਤੋਂ ਲਿਫਾਫਾ ਪਾਉਣ ਤੋਂ ਇਹ ਪਾਣੀ ਪੰਜਾਬ ਸਾਡੀ ਲੜਾਈ ਇੱਥੇ ਨਹੀਂ ਮੁੱਕਣੀ ਵੀ ਅੱਜ ਤੁਸੀਂ ਇਹ ਨਹਿਰਾਂ ਪੱਕੀਆਂ ਕਰਨ ਤੋਂ ਰੋਕ ਦਿਓ ਲੜਾਈ ਮੁੱਕਦੀ ਸਾਡਾ ਪਾਣੀ ਜਿਹੜਾ 47 ਤੋਂ ਲੈ ਕੇ ਲੁੱਟਿਆ ਗਿਆ ਸਾਡੇ ਪਾਣੀ ਦੇ ਡਾਕੇ ਵੱਜੇ ਪੰਜਾਬ ਬੰਜਰ ਹੋਣ ਦੇ ਕਿਨਾਰੇ ਆ ਕੇ ਖੜ ਗਿਆ ਸਾਡੇ ਕੋਲ 10 ਸਾਲ ਦਾ 15 ਸਾਲ ਦਾ ਪਾਣੀ ਬਚਿਆ ਖੋ ਕੇ ਪਾਣੀ ਤੁਸੀਂ ਸਾਡਾ ਲੈ ਗਏ ਆ ਇਹ ਪਾਣੀ ਅਸੀਂ ਪੰਜਾਬ ਮੋੜ ਕੇ ਲਿਆਉਣਾ ਇਹ ਨਾਰਾ ਨੱਕੇ ਮਾਰਨੇ ਪੈਣੇ ਆ ਇਹ ਨੱਕੇ ਪੰਜਾਬ ਦੇ ਲੋਕ ਉੱਠ ਕੇ ਮਾਰਨਗੇ ਜਗਾਵਾਂਗੇ ਲੋਕਾਂ ਨੂੰ ਅੱਗੇ ਲਾ ਕੇ ਲੜਾਈ ਲੜਾਂਗੇ ਇਸ ਲਈ ਅੱਜ ਅਸੀਂ ਮਿਸਲ ਸਤਲੁਜ ਵੱਲੋਂ ਮੇਰੇ ਨਾਲ ਬਾਈ ਦਵਿੰਦਰ ਸਿੰਘ ਸੇਖਾਂ ਦੇ ਨਾਲ ਬਾਈ ਅਜਪਾਲ ਸਿੰਘ ਬਲਾੜ ਦਲੇਰ ਸਿੰਘ ਡੋਲ ਮਤੋਸ ਸਿੰਘ ਮਾਨ ਜੀ ਸਾਰੇ ਜਿੰਨੀ ਸਾਡੀ ਜਥੇਬੰਦੀ ਆ ਉਹ ਵੀ ਆਏ ਆ ਇਹਨਾਂ ਨਾਲ ਸਹਿਯੋਗ ਕਰਨ ਆਏ ਆ ਸੋ ਸਾਰਿਆਂ ਨੂੰ ਰਲ ਕੇ ਇੱਥੇ ਹੁਣ ਜਥੇਬੰਦੀਆਂ ਦੀ ਜਾਂ ਕਿਸੇ ਵਿਚਾਰਧਾਰਾ ਵੱਖਰੀ ਦੀ ਗੱਲ ਨਹੀਂ ਰਹੇਗੀ ਪਾਣੀ ਹਰ ਇੱਕ ਨੂੰ ਲੋੜੀਦਾ ਸ਼ਹਿਰੀ ਆ ਪੇਂਡੂ ਆ ਕਿਸਾਨ ਆ ਮਜ਼ਦੂਰ ਆ ਸ਼ਹਿਰ ਵਾਲੇ ਬਹੁਤ ਸਾਰੇ ਜਿਹੜੇ ਸੇਠ ਨੇ ਮਹਾਜਨ ਨੇ ਉਹ ਵੀ ਇਸ ਗੱਲ ਨੂੰ ਸਮਝ ਰਹੇ ਨੇ ਸਭ ਤੋਂ ਪਹਿਲਾਂ ਜੇ ਪਾਣੀ ਮੁੱਕਿਆ ਸ਼ਹਿਰ ਮਰਨਗੇ ਇਸ ਕਰਕੇ ਇਹ ਲੜਾਈ ਦੇ ਵਿੱਚ ਆਪੋ ਆਪਣੀ ਵਿਚਾਰਧਾਰਾ ਆਪੋ ਆਪਣੀ ਧੜੇਬਾਜ਼ੀ ਪਾਰਟੀਬਾਜ਼ੀ ਤੋਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਸਾਰੇ ਸਮੁੱਚੇ ਪੰਜਾਬ ਨੂੰ ਪੰਜਾਬ ਦੇ ਪਾਣੀ ਬਚਾਉਣ ਲਈ ਲੜਨਾ ਚਾਹੀਦਾ ਲੱਖਾਂ ਪਿਛਲੇ ਦਿਨ ਤੁਸੀਂ ਵੇਖਿਆ ਹੋਣਾ ਕਿ ਫਰੀਦਕੋਟ ਦੇ ਨਹਿਰ ਦੇ ਇੱਕ ਵਿਚਾਲੇ ਪਹਾੜ ਪਿਆ ਸੀਗਾ ਤਾਂ ਉਦੋਂ ਅਧਿਕਾਰੀਆਂ ਨੇ ਸਿੱਧੇ ਤੌਰ 'ਤੇ ਕਿਹਾ ਸੀਗਾ ਕਿ ਜਿਹੜੀਆਂ ਇਹ ਨਹਿਰਾਂ ਨੂੰ ਮੁਰੰਮਤ ਨਾ ਕਰਨ ਦਿੰਦੇ ਉਸ ਦਾ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਭੁਗਤਣੇ ਪੈਣ ਦੇਖੋ ਇਹਨਾਂ ਨੇ ਬੜੀ ਚਲਾਕੀ ਦੇ ਨਾਲ 13 ਦੇ ਵਿੱਚ ਪੰਜਾਬ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਲਿਖਿਆ ਕਿ ਤੁਸੀਂ ਸਾਨੂੰ ਸਹਿਯੋਗ ਕਰੋ ਪੈਸਾ ਤਾਂ ਅਸੀਂ ਪਾਉਂਦੇ ਹਾਂ ਤਾਂ ਤੁਸੀਂ ਪਾਵਰ ਸੈਂਟਰ ਤੋਂ ਲੈਂਦੇ ਹਾਂ ਨਹਿਰਾਂ ਪੱਕੀਆਂ ਕਰਦੇ ਜਿਹੜੇ ਪੰਜਾਬ ਦੀਆਂ ਆਗੂਆਂ ਨੇ ਪੰਜਾਬ ਦੇ ਲੀਡਰਾਂ ਨੇ ਪੰਜਾਬ ਦਾ ਪਾਣੀ ਜਾਣ ਬੁੱਝ ਕੇ ਲੁਟਾਇਆ ਸਾਡੇ ਲੋਕਾਂ ਨੂੰ ਚਾਰ 'ਤੇ ਲਾਇਆ ਫਰੀ ਦੇ ਕਨੈਕਸ਼ਨ ਦੇ ਤੇ ਮੋਟਰਾਂ ਦੇ ਬਿੱਲ ਮਾਫ਼ ਕਰਤੇ ਵੀ ਤੁਸੀਂ ਧਰਤੀ ਹੇਠੋਂ ਪਾਣੀ ਖਿੱਚਦੇ ਹੋ ਅਸੀਂ ਵੀ ਕਮਲੇ ਹੋ ਕੇ ਉੱਧਰ ਨੂੰ ਲੱਗ ਗਏ ਅਸੀਂ ਨਹਿਰੇ ਤੁਸੀਂ ਦੇਖੋ ਪੰਜਾਬ ਦੇ ਅੱਧੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੇ ਖਾਲ ਵਾਹ 'ਤੇ ਧੋਰੀ ਖਾਲ ਵਾਹ 'ਤੇ ਸੂਏ ਢਾਹ 'ਤੇ ਕੱਸੀਆਂ ਢਾਹ 'ਤੇ ਪੱਕੀਆਂ